बाप मेरे गल पैना तू उम्र च क्यों तू मेरे गल पैना मेरी गल सुन ला मेरे बहन पसीन दी ना बाली जांदी बच्चे थाने च तैनू बाड़ दू बच्चे तेरी पैर बाड़ दू जसे जसे भाई जसा तो घर है नी काम में कोई भाई हो ठीक हो सत श्री अकाल भाई है नी भाई नले मेनू कहंदा हो जीरी वढनी है भाई होले बोल माड़ा जा जे साडे बड्डण ने सुन लिया ना पता नहीं किथे ओरे बिरले च कन्न ला के बैठा हो पूरी है भाई ओ पूरी फिरदा है खबर इथे होना किते ना ओ मेनू फिर फोन करी जाना भी जीरी वढनी है फोन ता मेनू भी करया सी ओ जाखल क पहुंचण वाला भाई हुन लवे मशीन चल रही है तुसी जीरी बढ़ा लो तुसी मैं बार-बार उथे दूर खेत ने छोड़े उथे किथे मशीन लेके जाऊंगा मैं भाई हुने बड्डोगे मशीन जांदी है रास्ता तंग है उथे फिर हुनी बड्डोगे तुसी होर भाई हुन मैं उथे लवे मैं ता स्पेशल आया उथे एड्डी दूर एक खेत दूर ने 4 किलोमीटर ते खेत है छड्डा भाई हुन ता बंदा भी नहीं हैगा कोई करे बंदा भाई तुसी आए करो चाह चू बना दो मैं ता आपे बढ़ा लेऊंगा तुसी 4 बंदे दी चाह ता कर सकदे हो थोड़ा ठंडा पानी पा दो उथे दूर खेत ने ना उथे पानी दा इंतजाम है कोई ਤੁਸੀਂ ਇੱਕ ਤਾਂ ਥੋੜੀ ਜੀ 4 ਬੰਦਿਆਂ ਦੀ ਚਾਹ ਬਣਾ ਦਿਓ ਕਿੰਨੇ ਬੰਦੇ ਆ ਬਾਈ ਮੈਂ ਬਣਾ ਦਿੰਨੀ ਆ 4 ਬੰਦੇ ਆ ਬਾਈ 3-4 ਦੀ ਬਣਾ ਦਿਓ ਬਸ ਲਵੇ ਟਮਾਟਰ ਕੋਈ 20 ਰੁਪਏ ਹੋਰ ਆ ਜਾਂਦਾ ਖੁੱਲੀ ਬਣਾ ਦਿਓ 2 ਕੱਪ ਕੀ ਫਰਕ ਪੈਂਦਾ ਕੋਈ ਨਾ ਤੁਸੀਂ ਐ ਕਰਿਓ ਫਿਰ ਮੈਂ ਤੂੰ ਤੈਨੂੰ ਦੇਖਦੀ ਆ ਤੂੰ ਤੈਨੂੰ ਭੇਜਦੀ ਆ ਤੂੰ ਤੈਨੂੰ ਭੇਜ ਦੋ ਟਰਾਲੀਆਂ ਟਰੂਲੀਆਂ ਤੇ ਬਹਿ ਕੇ ਵਗ ਜੂਗਾ ਟਰਾਲੀਆਂ ਦਾ ਇੰਤਜ਼ਾਮ ਮੈਂ ਕਰ ਦਾਂ ਕੋਲ ਤਾਂ ਬੈਠ ਜੂ ਟਰਾਲੀਆਂ ਤਾਂ ਸਾਡੇ ਨਾਲ ਹੀ ਨੇ ਟਰਾਲੀਆਂ ਦਾ ਕੋਈ ਚੱਕਰ ਨਹੀਂ ਤੁਸੀਂ ਬਸ ਚਾਹ ਬਣਾ ਦਿਓ ਇੱਕ ਠੰਡਾ ਪਾਣੀ ਪਾ ਦਿਓ ਥੋੜਾ ਜਿਹਾ ਠੀਕ ਆ ਜੀ ਵਿੱਚ ਬਰਫ ਦਾ ਡਾਲਾ ਮਾਰਿਓ ਵੀ ਥੋੜਾ ਕਿ ਗਰਮੀ ਜੀ ਪੈਂਦੀ ਆ ਹਲੇ ਤੁੱਤੇ ਬੇ ਆ ਜਾ ਅੰਦਰ ਹੀ ਬੜਾ ਰਹਿਣਾ ਕੀ ਆ ਬਣੇ ਓਰੇ ਆ ਬਿਆਂ ਕਰ ਤੇਰੇ ਬਾਈ ਨਾਲ ਨਾ ਜਾ ਕੇ ਜੀਰੀ ਵਢਾ ਲਾ ਅੱਜ ਆਪਣੇ ਕੰਬਾਈਨ ਚੱਲੂਗੀ ਸਤਿ ਸ੍ਰੀ ਅਕਾਲ ਬਾਈ ਪਣਾ ਮੈਂ ਨਹੀਂ ਬਈ ਜਾਂਦਾ ਜੂ ਨਾ ਮੇਰਾ ਤਾਂ ਰਿਆਜ ਪੈਗਾ ਮੈਂ ਤਾਂ 2 ਦਿਨ ਹੋ ਗਏ ਨਹੀਂ ਕਰਿਆ ਆਪਦੀ ਵੱਢ ਲਓ ਤੁਸੀਂ ਬੇ ਹੋਰ ਕੌਣ ਜਾਊਗਾ ਫਿਰ ਮੈਂ ਬੇਲਾ ਪਾਣੀ ਹੈ ਨਹੀਂ ਨਾ ਤੈ ਵੱਢਣੀ ਹੈ ਜੀਰੀ ਤੂੰ ਜ਼ਿਆਦਾ ਨਹੀਂ ਦੱਕੀ ਤੁਸੀਂ ਨਾਲ ਬਗ ਚਲ ਟਰਾਲੀਆਂ ਤੇ ਬਹਿ ਕੇ ਮੰਡੀ ਚ ਵਗ ਜੀ ਉਹ ਤੁਹਾਨੂੰ ਫੇਰ ਮਾਰ ਕਰੂਗਾ ਕਿ ਉਹਦੇ ਫੋਨ ਆ ਰਹੇ ਨੇ ਉਹ ਪਹੁੰਚਣ ਵਾਲਾ ਆਪਾਂ ਵੱਢ ਲਿਆ ਦੂਰ ਦਾ ਖੇਤ ਹੈ ਉਹ ਉੱਥੇ ਮਸ਼ੀਨ ਨਹੀਂ ਜਾਂਦੀ ਵਾਰ-ਵਾਰ ਤੁਸੀਂ ਫੇਰ ਮਾਗਰ-ਮਾਗਰ ਫਿਰੋਗੇ ਨਾਲੇ ਐ ਕਰੀ ਆਪਣੇ ਬੱਡੜ ਨੂੰ ਨਾ ਦੱਸ ਦੀ ਨਹੀਂ ਉਹਨੇ ਕਲੇਸ਼ ਪਾ ਲੈਣਾ ਫਿਰ ਮੈਂ ਬੌਲਾ ਬਣੇ ਵੀ ਦੱਸੂਗਾ ਦਿਮਾਗ ਨਹੀਂ ਹੈਗਾ ਮੇਰਾ ਮੈਂ ਤਾਂ ਮੈਨੂੰ ਪਤਾ ਮੇਰੇ ਭਾਈ ਨੂੰ ਬਹੁਤ ਅਕਲ ਹੈਗੀ ਆ ਤੋ ਬਈ ਚਾਹ ਬਣਾ ਕੇ ਦੇ ਦੇ ਇਹਨੂੰ ਕੇਨੀ ਚ ਪਾ ਦੇ 4 ਕੱਪ ਇੱਕ ਪੱਲੀ ਜੀ ਚੱਕ ਲਾ ਕੋਈ ਕਈ ਵਾਰੀ ਕੋਈ ਦਾਣੇ ਦੂਣੇ ਡੁੱਲ ਜਾਂਦੇ ਨੇ ਬਾਦ ਕਰ ਜਾਂਦੀ ਐ ਬੜਾ ਕੰਮ ਤਾਂ ਨਹੀਂ ਹੈਗਾ ਉੱਥੇ ਮਹਾ ਜਮਾ ਹੀ ਨਹੀਂ ਤੂੰ ਇੱਕ ਵਾਰ ਛੱਟ ਕੇ ਭਜਾਉ ਬਈ ਕਮਾਲ ਹੈ ਯਾਰ 2 ਮਿੰਟ ਬਹਿ ਜਾ ਬਾਈ 2 ਮਿੰਟ ਬਹਿ ਬੈਠ ਤੂੰ ਆਪਾਂ ਹੁਣ ਚਾਹ ਬਣਾ ਦਾਂਗੇ 2 ਮਿੰਟ ਚ ਹੁਣ ਵੱਢ ਕੇ ਪਾ ਲਿਆਵਾਂਗੇ ਟਰਾਲੀ ਚ ਯਾਰ ਪਤਾ ਕੀ ਗੱਲ ਐ ਉਹ ਦੂਰ ਦੇ ਖੇਤ ਨੇ ਉੱਥੇ ਮਸ਼ੀਨ ਲੀਹਾ ਤੰਗ ਐ ਤੂੰ ਬਈ ਕੀ ਕੰਮ ਕਰਦਾ ਹੁੰਦਾ ਫਿਰ ਮੈਂ ਤਾਂ ਬਈ ਗਾਉਣ ਵਜਾਉਣ ਦਾ ਕੰਮ ਕਰਦਾ ਹਾਂਗਾ ਨਹੀਂ ਵਧੀਆ ਵਧੀਆ ਬਹੁਤ ਵਧੀਆ ਉਹਦਾ ਟਾਈਮ ਲੰਘਣਾ ਜਾਂਦਾ ਛੋਟੀਆਂ ਕਪੈਨਾਂ ਤੇ ਆਉਣ ਵਾਲੇ 5 ਸਾਲਾਂ ਤੇ ਤੂੰ ਤੇ ਸਨੌਰੀਏ ਦੇ ਗਾਣੇ ਵੱਜਿਆ ਕਰਨਗੇ ਅੱਛਾ ਨਹੀਂ ਬਈ ਵਧੀਆ ਗਾਣਾ ਨਾ ਬਈ ਹਾਂ ਵਧੀਆ ਉਹ ਬਈ ਮੇਰਾ ਕੰਮ ਨਹੀਂ ਗੱਲ ਮੈਨੂੰ ਕਪੈਨ ਤੇ ਰੱਖ ਲਓ ਤੁਸੀਂ ਕਪੈਨ ਤੇ ਤੂੰ ਕੀ ਕਰੇਂਗਾ ਕਪੈਨ ਤੇ ਤੂੰ ਕੀ ਕਰੇਗਾ ਲੋਹੇ ਚ ਤੇਰਾ ਵਧੀਆ ਰੋਟੀ ਫੁਲਕਾ ਚੱਲੀ ਜਾਂਦਾ ਇਹ ਤਾਂ ਬਹੁਤ ਔਖੇ ਸੰਦ ਨੇ ਜਹਾਜ਼ ਚਲਾਉਣੇ ਜ਼ਿਮੀਦਾਰ ਨੂੰ ਲੋਹਾ ਗਰੀਬ ਨੂੰ ਗੋਹਾ ਉਹ ਕੰਮ ਐ ਤਾਂ ਤੇ ਮੈਂ ਦੀ ਇਹ ਲੈਣ ਜੀ ਬੋਲੀ ਦੁਬਾਰਾ ਜ਼ਿਮੀਦਾਰ ਨੂੰ ਲੋਹਾ ਹਾਂ ਗਰੀਬ ਨੂੰ ਗੋਹਾ ਮਾਰੂ ਉਹ ਕੰਮ ਐ ਤਾਂ ਜੱਟ ਖਤਮ ਕਰਤੇ ਲੋਹੇ ਨੇ ਇਹ ਤਾਂ ਬਈ ਯਾਰ ਤੇਰਾ ਤਾਂ ਬਹੁਤ ਵਧੀਆ ਕੰਮ ਐ ਕਿੱਥੇ ਦੇਊਂਗਾ ਬਈ ਤੈਨੂੰ ਮੈਂ ਤੇ ਗਾਣਾ ਇਹ ਤੇ ਤਾਂ ਐਨ ਬਣੂਗਾ ਪੂਰਾ ਤੇਰਾ ਵਧੀਆ ਗੀਤ ਬਈ ਬੜਾ ਕੰਮ ਤਾਂ ਨਹੀਂ ਹੈਗਾ ਖੇਤ ਉਹ ਤਾਂ ਬੱਲੀ ਬੁੱਲੀ ਮੈਂ ਆਪੇ ਫੜਾ ਦੂੰਗਾ ਮੁੰਡੇ ਆਪਣੇ ਨਾਲ ਹੈਲਪਰ ਹੈਗੇ ਨੇ ਉਹਦਾ ਚਲ ਆਇਆ ਇੱਕ ਬੰਦਾ ਟਰਾਲੀ ਟੂਲੀ ਦੇ ਬੈ ਕੇ ਆ ਕੇ ਜਾਂਦਾ ਬੱਲੇ 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 ਤੂੰ ਭਾਈ ਜੱਸੀ ਓਏ ਹੋਰ ਭਾਗ ਸਿਆ ਕਿਵੇਂ ਆ ਵਧੀਆ ਵਧੀਆ ਠੀਕ ਹੈ ਕਿੱਧਰ ਆ ਰਿਹਾ ਮੈਂ ਤਾਂ ਦੋ ਦਵਾਈ ਜੀ ਲੈ ਕੇ ਆਇਆ ਫੂਲ ਡਾਕਟਰ ਬਲੱਡ ਪ੍ਰੈਸ਼ਰ ਆ ਵੱਧ ਰਿਹਾ ਮੇਰਾ 2 ਦਿਨ ਹੋ ਗਏ ਤੇਰਾ ਵੀ ਇਹ ਬਲੱਡ ਵੱਧਦਾ ਆ ਹੋਰ ਇਹ ਤਾਂ ਬਾਲਾ ਵੱਧ ਚੰਗਾ ਤੂੰ ਤੁਰਦਾ ਫਿਰਦਾ ਕੋੜੀ ਵਰਗਾ ਤੇਰਾ ਕਿਵੇਂ ਇਹ ਕਾਣੂ ਛੜੇ ਛੜਾਂਗ ਬੰਦੇ ਜਿਹਦਾ ਵੱਧ ਜਾਂਦਾ ਹੁੰਦਾ ਹੈ ਫਿਕਰ ਕਰਦੇ ਆ ਅਸੀਂ ਅੱਛਾ ਫਿਕਰ ਰਹਿੰਦਾ ਮੈਨੂੰ ਭਾਈ ਬਹੁਤ ਜ਼ਿਆਦੇ ਬਾਲੀ ਟੈਨਸ਼ਨ ਜੀ ਨਾ ਲਿਆ ਕਰ ਤੂੰ ਵੀ ਕਿੱਧਰ ਤੁਰਿਆ ਫਿਰਦਾ ਹੁਣ ਮੈਂ ਤਾਂ ਦਿਨ ਮਸ਼ੀਨ ਜੀ ਚੱਲਦੀ ਦੀ ਰਾਹ ਚ ਕਿਤੇ ਪਾਣੀ ਜਾ ਮਿਲਿਆ ਨਹੀਂ ਇਧਰਾ ਹੈ ਮਖਾ ਚੜ ਜਾਂਦੇ ਜਾਂਦੇ ਜੱਸੀ ਕੇ ਕਰੋ ਜੀ ਨਾਲੇ ਪਾਣੀ ਹੀ ਪੀ ਚੱਲੀਏ ਠੰਡਾ ਨਾਲੇ ਕੋਈ ਨਹੀਂ ਪਾਣੀ ਲੈ ਚੱਲਾਂਗੇ ਹਾਂ ਪਾਣੀ ਦਾ ਪੁੰਨ ਹੁੰਦਾ ਹੋਰ ਆਪੇ ਦੀ ਆਉਣਾ ਪੈਂਦਾ ਹੋਰ ਕਿਤੇ ਜਾਵਾਂਗੇ ਹੋਰ ਕਿਤੇ ਆਪਾਂ ਸਰੋ ਰਾਣੀ ਦੀ ਟੈਨਸ਼ਨ ਕਰਦਾਗਾ ਚੰਗਾ ਹੋਰ ਠੀਕ ਰਹਿਣਾ
ਠੀਕ ਹੈ ਤੂੰ ਕਿੱਧਰ ਜਾ ਲੈ ਓਏ ਹੈ ਤੂੰ ਕਿੱਧਰ ਜਾ ਲੈ ਮੈਂ ਤਾਂ ਪਾਣੀ ਆ ਫੜਾ ਕੇ ਆਉਣਾ ਇਹਨਾਂ ਨੂੰ ਕਪੈਣ ਵਾਲਿਆਂ ਨੂੰ ਇੱਥੇ ਫੜੇ ਨਹੀਂ ਤੂੰ ਉੱਥੇ ਬੈਂਗਣ ਫੜੇਗਾ ਡੋਲੂ ਆਪੇ ਲੈ ਜਾਊਗਾ ਇਹ ਹੈ ਚੱਲ ਭਾਈ ਮੈਨੂੰ ਫੜਾ ਦੇ ਤੂੰ ਐ ਕਰ ਬਾਜ਼ਾਰ ਤੋਂ ਜਾ ਉੱਥੇ ਹੋਲਿਆ ਠੀਕ ਮਹਿੰਦੀ ਜੀ ਲਿਆ ਮੇਰੀ ਦਾੜੀ ਤੇ ਕਰਨ ਵਾਲੀ ਚਲ ਮੈਂ ਬੇਲਾਂਗਾ ਮਹਿੰਦੀ ਲਿਆ ਤੇ ਤੂੰ ਲਿਆ ਜੀ ਤਾਂ ਜੀਰੀ ਵੜ ਦੇਾਂਗੇ ਜਾ ਕੇ ਹਾਂ मेनु फुद्दू बना के कहते जीरी वड के ले जाना समझ तो देखा जाके खेत यार कि खेत नहीं ला रखी पाए देने रोटी राटी था मैं खाऊ फिर मिलते फिर हम तो मेनू तहाल भी रहा मैं मेरी गल सुन मैं तेरे को भागुआ जीरी बढ़ लो जाके मेरे दो किले मेरे हिस्से आने मैं बढ़ नहीं दिता है फिर बढ़ लैन दे आपकी बढ़ लैन दे तू का टंगा डाउना बचाले है ਬਾਈ ਜਦੋਂ ਆਪਣਾ ਬੋਲੀ ਚੱਲ ਰਹੀ ਹੈਗਾ ਚੱਲਦੇ ਨਹੀਂ ਹੈਗਾ ਮੈਨੂੰ ਦੋਏ ਜੀ ਦੇਖ ਕੇ ਮੈਂ ਆਪਦੇ ਬਹਿਣ ਵੀ ਦੇ ਕਿਵੇਂ ਮਸ਼ੀਨ ਫੜ ਦੇ ਦੂੰਗਾ ਭਾਗੂਆ ਮੈਨੂੰ ਲੱਗਦਾ ਤੇਰਾ ਦਿਮਾਗ ਹੱਲ ਗਿਆ ਓਏ ਹੈ ਦਿਮਾਗ ਨਾਲ ਹਿੱਲ ਗਿਆ ਹਾਂ ਥੋੜਾ ਹਿੱਲ ਗਿਆ ਥੋੜਾ ਕਾਹਨੂੰ ਹਿੱਲ ਗਿਆ ਪਹਿਲਾਂ ਤੈਨੂੰ ਸਰੋ ਰਾਣਾ ਦੀ ਕੀ ਹੁਣ ਤੂੰ ਮੈਨੂੰ ਆਇਆ ਦੱਸ ਪਹੇ ਦੇ ਮੂਹਰੇ ਬਾਲ ਲੈ ਲਿਆ ਤੈਂ ਉਹ ਮੇਰੇ ਸਾਲ ਦੇ ਉੱਤੋਂ ਨਹੀਂ ਲਗਾਉਣਗੇ ਹੈ ਤੇਰੇ ਬਾਣ ਵਿਜਦੀ ਜਾਊਗੀ ਭਾਗੂਆ रोटी मेनू दिंदे नहीं भैन जो वाहन बन मशीन बन दूंगा वाहन बिजली है गंडासा मैं भैन जो दातला छंग रखा है कदे कदे मैं धोन से भी चला भागुआ गबरू ने हटे कट्टे ने लाला साहब अपनी जबानी जी किन्ने तगड़े होंगे की मुकाबला करेगा तू ना तेरा दात होना नहीं तू रहन दे बढ़ लैन दे बढ़ लैन दे मन ला लगड़ा ओए तेरी जारी खड़के मैनू कहे तू नाल तुरेगा मेरे हैं ओए कंदरा चलदे आ खेत अपा दिवाली दा सवाल रहन दे तू अभी चरनू नु सामने आ पई जगह पई तंबी खादा चंगा अपा आवा मेनू लाला भाई पागल हो गया पागू दा दिमाग हिल गया दसे रू आ जाने देता तनौले ले जाना पा बिजली अलबड़िया बैठ गया औखा हो गया है कभी सरों देख लग जाती है कद कोई कह लग जाता कद की कह लग जाता बौल मरी जाता है आ जाने दे दसे नू सप गल पाने मेरे हाथों नहीं लगा बाप मेरे गल पैना तू उम्र च क्यों तू मेरे गल पैना मेरी गल सुन ल मेरे बहन च पसीन दी बाली आपकी छोटे दस किले मारते खत्ते उधर हिस्से मर्जी लेके मेरे बहन भी कट ना लाई
ਇਹ ਤਾਂ ਮੇਰਾ ਜ਼ਮੀਰੀ ਸੋਚਦੇ ਭਾਈ ਤੁਹਾਡਾ ਘਰ ਦਾ ਮਸਲਾ ਯਾਰ ਤੁਸੀਂ ਆਪ ਨਿਬੇੜੋ ਠੀਕ ਹੈ ਮੇਰੇ ਬਾਹਰ ਬੰਦਿਆ ਹੋਇਆ ਸੰਦ ਖਰੀਦ ਮੇਰੇ ਬਾਹਰ ਵਿੱਚ ਇੱਕ ਪੈਨ ਨਾ ਬੜੀ ਮੈਂ ਕਿੱਥੇ ਫਿਰੂੰਗਾ ਤੇਰੇ ਇੱਕ ਪੈਨ ਵਾਰਤੀ ਮੈਂ ਵਿੱਚੇ ਤੈਨੂੰ ਬਿੱਲੂ ਵਾਲਿਆ ਵਿੱਚੇ ਤੇਰੀ ਇੱਕ ਪੈਨ ਨੂੰ ਪਹਿਲਾਂ ਥਾਣੇ 'ਚ ਬੰਦ ਕਰਾਉਂ ਜੇ ਇਹਦਾ ਐਨਕਾਊਂਟਰ ਕਰ ਦਿਓ ਉੱਤੋਂ ਦੀ ਝਾੜ ਦੇ ਮੈਂ ਭਾਈ ਰੌਲਾ ਲਾ ਮੈਂ ਤਾਂ ਮੇਰੇ ਤਾਂ ਤੁਹਾਨੂੰ ਬਾਹਰ ਮਾਰਤਾ ਯਾਰ ਆਪਦਾ ਜਿਵੇਂ ਮਰਜ਼ੀ ਨਿਬੜੋ ਮੈਂ ਨਹੀਂ ਵੜਦਾ ਮੇਰੇ ਬਾਹਰ ਕੌਣ ਦੀ ਲੋੜ ਦੀ ਕਰੀ ਮੇਰੇ ਜੀਜੇ ਨੂੰ ਫੋਨ ਕਰ ਛੋਟੇ ਨੂੰ ਤੇਰਾ ਜੀਜਾ ਥਾਣੇਦਾਰ ਲੱਗਿਆ ਹੈ ਫੱਟ ਲੈਣ ਦੇ ਜੀਰੀ ਉਹਨੇ ਚਾਰ ਫੋਨ ਕਰਤੇ ਮੈਨੂੰ ਇਹ ਫੇਰ ਵੱਡਾ ਕਦੇ ਬੈਲੀ ਕਹਾਉਂਦਾ ਆਪਦੇ ਆਪ ਨੂੰ ਹੈਲੋ ਹਾਂ ਜੱਸੇ ਓਏ ਯਾਰਾ ਤੁਹਾਡਾ ਲਾ ਬਟੜਾ ਮੈਨੂੰ ਕਾਹਨੂੰ ਰੌਲੇ ਚਪਸਾਇਆ ਜਦੋਂ ਤੁਹਾਡਾ ਰੌਲਾ ਗਾ ਬਾਣਦਾ ਯਾਰ ਇਹ ਵੱਢ ਨਹੀਂ ਦੇ ਰਿਹਾ ਮੂਹਰੇ ਲਿਟਿਆ ਪਿਆ ਉਹਦੇ ਮਸ਼ੀਨ ਦੇ ਤੂੰ ਕਦੋਂ ਆਵੇਂਗਾ ਯਾਰ ਉਹਨੂੰ ਤਾਂ ਮੇਰੇ ਦਾ 10 ਕਿੱਲੇ ਮਾਰਤੇ ਨੇ ਤੁਹਾਨੇ ਤੂੰ ਯਾਰ ਕੱਪੜੇ ਫੇਰ ਬਦਲੀ ਤੂੰ ਪਹੁੰਚ ਗਿਆ ਓ ਯਾਰ ਕੱਪੜੇ ਬੈਗ ਤੂੰ ਫੇਰ ਤੇਰੀ ਸਿੱਧਾ ਤੂੰ ਮਸ਼ੀਨ ਲਵੇ ਆ ਜਾ ਯਾਰਾ ਮੇਰੀ ਗੱਲ ਕਰਾਈ ਗੱਲ ਕਰ ਆ ਤੂੰ ਤੇ ਨਾਲ ਆ ਤੂੰ ਤਾਂ ਭੇਜ ਤਾ ਕਰੋ ਨਾ ਇਹਦੇ ਕੋਈ ਆਖੀ ਓਏ ਆਹ ਬੜੂ ਯਾਰ ਜੀ ਦੇ ਵੱਡਣ ਦੇ ਤਾਂ ਵੱਡਾ ਜੀਜਾ ਮੂਰੇ ਲਟ ਗਿਆ ਕਪੈਣ ਦੇ ਆ ਜਾ ਭੱਜ ਕੇ ਆ ਜਾ ਨਹੀਂ ਉੱਤੇ ਚੜਾਂਗੇ ਕਪੈਣ ਅਸੀਂ ਐਨਕਾਊਂਟਰ ਕਰਾਂਗੇ ਨਾ ਨਹੀਂ ਦੋਨੇ ਜਣੇ ਮੈਂ ਤੇ ਜੱਸੀ ਹਾਂ ਇਹਦਾ ਸਾਲ ਕਹਿੰਦਾ ਜੱਸੇ ਨੂੰ ਤਾਂ ਐ ਬਾਜ਼ ਮਾਰਦਾ ਜਿਵੇਂ ਜਾਉਣਾ ਮੋੜ ਹੁੰਦਾ ਹੈ ਹੈ ਬਲਾ ਲੈ ਯਾਰ ਕੁੱਤੇ ਪਕਾਈ ਕਰਾਰ ਕੀ ਹੈ ਮੇਰੇ ਬਾਹਰ ਤੇਰਾ ਬਾੜੀ ਭਾਈ ਜੱਸੀ ਆ ਜਾ ਹੱਕ ਉੱਥੇ ਪਹਿਲਾਂ ਖੇਤ ਲੈ ਕੇ ਚੱਲਦੇ ਉੱਥੇ ਆ ਜਾ ਮੇਰੇ ਬਾਹਰ ਤੇਰਾ ਬਾੜੀ ਲੈ ਕੇ ਚੱਲ ਯਾਰ ਕਿੰਨੇ ਡਰਾਪੇ ਮਾਰਦਾ ਤੂੰ ਕੁਝ ਨਹੀਂ ਹੁੰਦਾ ਆਪਾਂ ਇੱਧਰ ਦੀ ਲਗਾ ਲਾ ਨੇ ਨਹੀਂ ਪਈ ਚੜਨ ਦਿੰਦਾ ਅਹੀਂ ਨਹੀਂ ਮੇਰੀ ਮਸ਼ੀਨ ਮੈਂ ਲੱਤ ਤੋੜ ਦੂੰ ਮੇਰੇ ਸਾਹ ਦੇ ਬਾਹਰ ਦੀ ਲਗਾ ਲਾ ਨਾ ਤੂੰ ਚੱਲ ਓ ਮੱਖਣ ਇਹ ਕੀ ਕਰੂਗਾ ਤੇ ਨੂੰ ਸਮਝਾ ਲੈ ਯਾਰ ਇਹਨੂੰ ਯਾਰ ਚੱਕ ਤੱਕ ਦੇ ਕੋਠੇ 'ਚ ਬੰਦ ਕਰ ਤਾ ਤੁਸੀਂ ਵੱਢਣ ਦੀ ਕਰੋ ਫਸਲ ਉੱਤੋਂ ਮੌਸਮ ਖਰਿਆ ਵਾ ਬਾਹਰ ਵੀ ਤੇਰੇ ਬਾੜੀ ਦਾਣੇ ਸਾਹਮਣ ਦੀ ਗੱਲ ਕਰੋ ਆਪੇ ਫਿਰੀ ਜਾਊ ਪੰਚਾਇਤ 'ਚ ਧੱਕੇ ਖਾਂਦਾ ਅਜਾ ਜੂੜ ਵੱਢਣਾ ਤੂੰ ਯਾਰ ਆ ਯਾਰ ਦੇ ਮੇਰੇ ਜੀ ਮੈਂ ਤਾਂ ਵੱਢਦਾ ਨਾ ਧੱਕੇ ਨਾਲ ਤੁਸੀਂ ਥਾਣੇ 'ਚ ਪੈਸੇ ਲਾ ਦਿਓ ਮੈਂ ਵੱਢਦਾ ਨਾ पर मेनू लगता साडे वाला वड्डा जीजा थाने च नौ धरूगा खोट की दी है बहु अर तेरी जो जस्सा नहीं आया तुसी मैनू रे रौले च कले च जो हुण आ गया आऊ ओह कसे ते चढ़ के जस्सा दा हुण किसे ते रेड़े रूड़े ते तू देखी उरे नले कले चुड़ी जे जस्सा लेट हो गया हुण तां मशीन लवाती ओरे कले च तां मैं फसू ओ आ गया ला जस्सा दा मोटरसाइकिल चल आ गया जस्सा भी आ रिया भाई बन के तू सामली यार चंगा जे एंड दा ओ छोटा वाला बड्डा बना जे उधरों ओ बड्डा यार आ रहा ऐसे ओ आंदा भाई बड्डा भी ठीक है ਉਹ ਸੋਡਾਲਾ ਵੱਡੜਾ ਵੀ ਆ ਰਿਹਾ ਜੇ ਸੋਡਾਰੇ ਕਲੇਸ ਚੜੂ ਯਾਰ ਉਹਦਾ ਔਰ ਇਸਦਾ ਬਦੀਨ ਕਰ ਦੇਣਾ ਜੀਜਾ ਵੱਡਣ ਨਹੀਂ ਦਿੰਦਾ ਦੀਗਾ ਉਹ ਜੀਰੀ ਕਹਿੰਦਾ ਮੇਰੇ ਹਿੱਸੇ ਦੀ ਵੱਡਣ ਕਹਿੰਦਾ ਨਾ ਮੈਨੂੰ ਰੋਟੀ ਦੇਣੋ ਨਾ ਕੁਝ ਦੇਣੋ ਕਹਿੰਦਾ ਮੈਂ ਨਹੀਂ ਵੱਡਣ ਦਿੰਦਾ ਕਹਿੰਦਾ ਅੱਛਾ ਇਹ ਕਹਿੰਦਾ ਹਾਂ ਕਪੈਣ ਮੂਰੇ ਲਟ ਗਿਆ ਮੈਂ ਇਹਦੇ ਉੱਤੋਂ ਦੀ ਚੜਦੇ ਪਰ ਮੈਂ ਮੱਖਣੂ ਫੋਨ ਮਾਰ ਕੇ ਕੱਟ ਲਾ ਕੇ ਉਹਦੀ ਪੱਲੀ ਦੇ ਜੀਰੀ ਪਾ ਕੇ ਆਇਆ ਫਿਰ ਮਸ਼ੀਨ ਲਗਾ ਜੇ ਪਹੀ ਤਾਂ ਚੜਨੇ ਨਹੀਂ ਦਿੱਤੀ ਉਹਨੇ ਹੁਣ ਉਹ ਤੁਸੀਂ ਦੇਖੀ ਸੋਡਾ ਨਾਲੇ ਕਲੇਸ਼ ਪਊਗਾ ਹੁਣ ਆਜੂ ਕਿਸੇ ਰੇੜ ਤੇ ਚੜ ਕੇ ਉਹ ਆਉਂਦਾ ਕੋਠੇ ਲਵਾਉਂਦੇ ਕੀ ਕਿਵੇਂ ਆਉਂਦਾ ਉਹ ਇਹਨਾਂ ਕੋਈ ਨਹੀਂ ਆਇਆ ਲੇਟ ਗਿਆ ਕਹਿੰਦਾ ਮੇਰੇ ਉੱਤੇ ਚਾੜ ਦੋ ਕਹਿੰਦਾ ਮਸ਼ੀਨ ਚ ਸੀ ਨੂੰ ਕਹਾ ਦੀ ਮੈਂ ਚਾੜ ਦੇ ਕੀ ਮੈਂ ਤਾਂ ਚਾੜ ਦੇ ਪਰਾ ਝੂੜ ਵੱਡਿਆ ਜਾਊਗਾ ਮੈਂ ਵੀ ਰੌਲੇ ਚ ਫਸ ਗਿਆ ਯਾਰਾ ਕੋਈ ਇਹਨਾਂ ਨੂੰ ਆ ਜਾਣ ਦੇ ਆ ਜਾ ਉਹ ਦੇਖ ਲੈ ਕਿਵੇਂ ਮਸਤ ਹੈ ਮਗੋਂ ਦਾ ਤੁਰਿਆ ਉਹਦੇ ਗਾਲਾਂ ਕੱਢਦਾ ਹੁੰਦਾਗਾ ਤੂੰ ਡਾਣਾ ਜਾ ਲੈ ਮੜਾ ਛੱਲ ਕੇ ਹੈ ਆ ਤੁਸੀਂ ਮੈਂ ਵੀ ਕਲੇਸ਼ ਫਸਾ ਕੇ ਰੱਖਤਾ ਤੇ ਪੈਣ ਰੋਕ ਲਈ ਐ ਹੁਣ ਮਸ਼ੀਨ ਚੱਲੀ ਜਾਣ ਲੱਗੇ ਰੋਕਦੀ ਏ ਚੱਲੀ ਜਾਣਦਾ ਚੱਲੀ ਜਾਣ ਉਹ ਤੁਸੀਂ ਕਾਹਨੂੰ ਲੜਾਈ ਦੋਏ ਪਹਿਲਾਂ ਟੈਂਕ ਲੱਗੂਗੀ ਦੱਸੀ ਉਹ ਫੜ ਕੇ ਮਰ ਜਾਊਗਾ ਮੈਂ ਤੁਹਾਨੂੰ ਦੱਸਾਂ ਮਰ ਚੜਦੇ ਕੋਈ ਮਰੂਗਾ ਤਾਂ ਉਹ ਫੜ ਕੇ ਮਰ ਜਾਊਗਾ ਰਹਿਣ ਦੇ ਕਾਹਨੂੰ ਤੁਸੀਂ ਫੋਤੀ ਦੀ ਡਾਂਗ ਓ ਮਸ਼ੀਨ ਕਿੱਲੇ ਫੜ ਜਾ ਉਹ ਕਾਹਨੂੰ ਤੁਸੀਂ ਓਏ ਉਹ ਮਸ਼ੀਨ ਕਿੱਲੇ ਮਰ ਜਾ ਉਹ ਤੇਰਾ ਠਾਣੇ ਚ ਨਾ ਆ ਜੂ ਕੱਜਰ ਦੇ ਉਹ ਨਾ ਫੜ ਨਾ ਯਾਰ मशीन रोक लिया बुला के यार क्यों यार ਪਟਣੀਆਂ ਸੁਣੇ ਹੁਣ ਪੰਗਾ ਲੈ ਲਿਆ
ਮੇਰੇ ਕਪਾਇਨ ਉੱਪਰ ਦੀ ਚੜੋ ਭਾਈ ਭੈਣ ਚੋ ਨੂੰ ਭੰਨ ਕਪਾਇਨ ਉੱਪਰ ਦੀ ਚੜੋ ਮੇਰੇ ਭੰਨ ਨੂੰ ਭੈਣ ਚੋ ਕਪਾਇਨ ਚੜੋ ਮੇਰੇ ਭੰਨ ਨੂੰ ਭੰਨ ਨੂੰ ਭੰਨ ਭੈਣ ਓ ਤੁਸੀਂ ਭੰਨ ਨੂੰ ਇਹਨੂੰ ਮਾਰ ਦੋਗੇ ਤੁਹਾਡੇ ਘਰ ਚੋ ਇਹ ਰੋਕ ਕੇ ਦਿਖਾ ਵੀ ਭੈਣ ਤੁਸੀਂ ਇਹਨੂੰ ਭੰਨ ਦੋ ਇਹ ਪਟਰੀਆਂ ਨਾਲੇ ਮੇਰੀ ਮਸ਼ੀਨ ਠਾਣੇ ਜਾਊਗੀ ਯਾਰ ਮਤਲਬ ਸਿਆਪਾ ਕਰ ਲਿਆ ਤੁਹਾਡੇ ਪੰਗਾ ਲੈ ਕੇ ਮੇਰੀ ਮਸ਼ੀਨ ਠਾਣੇ ਚ ਜਾਊ ਮੈਂ ਦੇਖਦਾ ਕਿਵੇਂ ਰੋਕਦਾ ਠਾਣੇ ਚ ਤੂੰ ਕਚਹਿਰੀ ਚ ਮੈਨੂੰ ਤੈਨੂੰ ਮੈਂ ਹੁਣ ਜੀਜਾ ਮੇਰਾ ਗਾਣਾ ਕਰਾ ਦੇਗਾ ਤੈਨੂੰ ਸੜਾ ਦਿੰਦਾ ਮੈਂ ਭੈਣ ਕਿਹੜਾ ਵੀ ਤੇਰਾ ਗਾਣਾ ਖੜਕੇ ਓਏ ਹੈ ਪਿੱਛੇ ਮੁੜ ਕੇ ਨਾ ਚੱਕੀ ਜਾਉਣਿਆ ਲੰਘ ਜਾ ਕੇ ਅੱਧਾ ਘੰਟਾ ਹੋ ਗਿਆ ਬੈਠੇ ਨੂੰ ਹਾਲੇ ਤੱਕ ਨੀ ਆਈ ਕਦੀ ਹੁਣ ਆ ਜਾਣੀ ਆ ਚੱਲ ਤੂੰ ਚਾਚਾ ਤੈਨੂੰ ਕੋਈ ਕੰਮ ਨੀ ਹੈਗਾ ਯਾਰ ਜਿੱਥੇ ਅਸੀਂ ਦੇਣਗੇ ਉੱਥੇ ਹੱਕ ਮਾਰ ਦਿੰਦੇ ਭੈ ਗੂ ਮੇਰਾ ਹਾ ਕੁਲਫੀਆਂ ਵੇਚਣਾ ਆ ਕੜੋ ਤੱਤਾ ਹੁੰਦਾ ਤੱਤੇ ਨਾਲ ਹੋਰ ਕੀ ਹੋ ਗਿਆ ਸਿਆਣਾ ਬੈਣਾ ਓਏ ਐਂ ਬੋਲਦੇ ਹੁੰਦੇ ਬੜਾ ਇਹ ਦੇਸੀ ਬਰਬਾਗੂ ਆ ਜੀ ਰਿਹਾ ਓਏ ਤੇਰੇ ਕੋਲੇ ਕੌਣ ਭੈਣ ਕਿਹੜਾ ਆ ਗਿਆ ਓਏ ਨਾ ਕਿਸੇ ਦੇ ਭੈਣ ਨਹੀਂ ਕਿਹੜਾ ਹੀ ਆ ਜਾਂਦਾ ਦੀ ਦੱਸਾ ਜੀਰੀ ਲਈ ਵੱਡੀ ਕਿਹੜੀ ਮਜ਼ਾ ਦੀ ਮੈਨੂੰ ਨਾਲੇ ਤੂੰ ਤਾਂ ਕਹਿੰਦਾ ਦੀ ਭਾਗੂ ਆ ਪਤਾ ਕਹਿੰਦਾ ਵੱਡਣ ਨਹੀਂ ਦਿੰਦਾ ਜੀਰੀ ਉਹਨਾਂ ਨੂੰ ਉਹਦਾ ਮੰਡੀ 'ਚ ਵੀ ਡੇਗਦੀ ਹੋਣੀ ਜਾ ਕੇ ਓਏ ਹੈ ਉਹ ਕਾਨੂੰ ਵੀ ਰਿਹਾ ਤਾਂ ਜੱਸੇ ਵੀ ਬਹੂ ਮੇਰੇ ਪੈਰਾਂ 'ਚ ਡਿੱਗੀ ਯਾਰ ਹੋਰ ਚੁੰਨੀਆਂ ਨਾਲ ਮੇਰੇ ਪੈਰ ਘੁੱਟੇ ਐਂ ਜੱਸਾ ਪੈਰੀ ਹੱਥ ਲਾਵੇ ਕਹਿੰਦਾ ਬਾਈ ਬਣ ਕੇ ਓਏ ਕਹਿੰਦਾ ਵੱਡਾ ਭਾਈ ਆ ਤੂੰ ਮੇਰਾ ਹੈ ਪਿਓ ਵਰਗਾ ਕਹਿੰਦਾ ਮੇਰੀ ਜੀਰੀ ਵੱਢ ਲੈਂਦੇ ਓਏ ਫਸਲ ਆਈ ਪਈ ਹੈ ਹੈ ਫਿਰ ਮੈਂ ਸੋਚਿਆ ਮਹਾ ਚੱਲ ਕਾਨੂੰ ਮਹਾ ਜੱਸਾ ਯਾਰ ਫਿਰ ਵੀ ਵਿਚਾਰਾ ਮਾਂ ਜਾਇਆ ਭਾਈ ਹੈ ਮਹਾ ਵੱਢ ਲੈ ਭਾਈ ਕੋਈ ਗੱਲ ਨੀ ਮੈਂ ਤਾਂ ਹੁਣ ਮੰਡੀ 'ਚ ਜਾਂਦਾ ਸੀਗਾ ਮੰਡੀ ਦੀ ਢੇਰੀ 'ਤੇ ਬੈਠਣ ਵਾਸਤੇ ਮੈਂ ਉਹਨੂੰ ਪਤਾ ਨੀ ਝਾਰ ਝੂਰ ਵੇਚਣ ਦਾ ਆਦਰ ਕਿਹੜੀ ਮੰਡੀਆ ਭਾਗੂ ਆ ਕੀ ਕਰਦੇ ਸੀਗੇ ਉਹ ਹੈ ਥਲਾਉਂਦੇ ਸੀ ਆਪਣੇ ਹੈ ਹੈ ਇਹਦਾ ਟਾਲੀ ਨਾਲ ਬੰਨ ਕੇ ਕੁੱਟਿਆ ਕਿਹੜੀਆਂ ਧਰੀਆਂ ਨੇ ਪੈਰਾਂ 'ਚ ਚੁੰਨੀਆਂ ਪਰਾਲੀ ਧਰੀ ਇਹਦੇ ਪੈਰਾਂ 'ਚ ਬਹੁਤ ਵੱਡਿਆ ਗਾ ਚੱਪਲਾਂ ਨਾਲ ਪਰਾਲੀ ਘਾ ਦੋ ਰੱਖ ਲਈ ਓਏ ਕਹਿੰਦਾ ਫੂਕੂੰਗਾ ਇਹਨੂੰ ਕਹਿੰਦਾ ਉੱਥੇ ਬੰਨ ਲਿਆ ਓਏ ਵਾ ਰੋਣਾ ਏ ਹੱਕ ਜਾਂਦਾ ਸੱਚੀ ਗੱਲ ਤਾਂ ਫਿਰ ਸੱਚੀ ਆ ਕਦੋਂ ਤੈਨੂੰ ਸੱਚਾ ਸੱਚਾ ਬੰਦਾ ਭਾਗੂ ਆ ਨਾ 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 ਭਾਗੂ ਭਾਗੂ ਨਾ ਮਾਰ ਭਾਗੂਆ ਨਾ ਮਾ ਬੌੜਾ ਗਾ ਮਾਰਦਾ ਆ ਮੱਲਾ ਇੱਧਰ ਆ ਇੱਧਰ ਆ ਕੀ ਭੌਂਕ ਦੂਗਾ ਇੱਧਰ ਆ ਮੱਲਾ ਇੱਧਰ ਆ ਸੱਚਾ ਸੱਚਾ ਮੁੰਡਾ ਸੱਚ ਬੋਲਦਾ ਤੂੰ ਕਾ ਮਾਰਦਾ ਹੈ ਕਹਿੰਦਾ ਪਾਉ ਧਰਦੀ ਆ ਚੁੰਨੀਆਂ ਪਾਰਾਂ 'ਚ ਮੈਂ ਵੀ ਸੋਚਾਂ ਮੈਂ ਇਹ ਜਦੋਂ ਹੈ ਨਹੀਂ ਹੈ ਹਾਂ ਚੱਲ ਵੀ ਆਹ ਕੱਪੜੇ ਵੀ ਤੇਰੇ ਦੱਸਦੇ ਨੇ ਵੀ ਤੇ ਖਾਸਾ ਕੁਛ ਹੋ ਗਿਆ ਤੇਰੇ ਨਾਲ ਲੈ ਕਿ ਮੇਰੇ ਦੇਖ ਲਾ ਲੈਬੜਿਆ ਪਿਆ ਚੱਲ ਓਏ ਖੜਾ ਹੋ ਹੁਣ ਚੱਲਿਆ ਕਿੱਧਰ ਨੂੰ ਕੁੱਟ ਮੈਂ ਮੁੜੀ ਜਾਂਦਾ ਯਾਰ ਮੇਰੇ ਦੀ ਚੜੀ ਜਾਂਦਾ ਸਦੀਕ ਗੁਰੂ ਆ ਕੇ ਨਾ ਮਾਰ ਲਾਂਗੇ ਜਾਣਦੇ ਮੇਰੇ ਥਾਲੇ ਨੂੰ ਮੈਂ ਕੀ ਲੈਣਾ।
मंजा मुंजा लाइए अंदर है कलिए करा था कम आ जा बल्ले बल्ले पानी ले बोलिया कौन बथेरा जलूस कटा मेरे साले दे फिर मैं फिर चडी चक ली नरी नरे कुटे मेरे साले दे कुट के आया तू हां मैं कुटिया जसी और ने छड़ाता मैं मेरे साले दे अग लाने लगे थी नहीं तू तेने नहीं कुछ कहा तू ता ता भैन दा खसम उधर ही डक्का डेग दा क्यों थाने ने की करया थाने च गए ने हुन दोए क्यों रैप्टर क्या क्या मंगे कहंदे भी कुट्टिया जीजे ने नाले ओ ता ए भी कहंदे थी भी तेरा नाम भी रखणगे क्यों मैं ओनु की कहा मैं ता ओनु तेरे पिछों बथेरी सेवा करी आ तीनों टाइम गर्म रोटियां बना के दिया कपड़े धोए मैं की नहीं करया दस मेनू का तू कहा फिर मेरे साली दे तेनु मैं 20 बार कहा दवा लेण जांदा हो करे मेरे साले दे कद बौला जाओ बिठा रखा गा वो तो आप भैन का यार जिनी चोक लाउंदा ना वो लाउंदा मैनू पता होता मेरे साले दे दा हुण साली सोच लगी पई आ किते पुलिस पुलिस ना लेके आ जाना जस्से हुण की करांगे हुण तां की कर सकदे आ आ देख ना मैं तां मेरे साले दे ने कुर्ता भी पाड़ता बे तेरे कपड़े भी पाड़ते मैनू तां लगदा तेनू भी खासा ही कुट्टिया प्रीत हां एक काम करी तू दस जो पुलिस पास लेके आ गई ना तू अपने कपड़े पाड़ ले मैं तेरा दिमाग खराब हो गया मैं कपड़े क्यों पाड़ ला ओ सारे नहीं पाड़ नु कह मेरे साई दिए एक दो दम टक जे इथे लानी है माने मोटे आ कुर्ती करती जी पाड़ी तू सलवार पाड़ ले देख मेरी गल सुन जे पुलिस वाले आ गए ना उन्होंने तू पता की गई क्या देख जसा गया होती का मशीन ते दो तीन महीनों बाद आया करे ठीक है क्या साडे वाला खागड़ हुंदा ती कल्ला करे ठीक है भी मेरे कणी नु पै गया मैं तो कपड़े पाड़ते उल्टा मेरे सर दा ओ फसू मेरे सर दी जवानत भी नहीं होनी स्कीम ता तेरी वैसे ठीक आ आई करेगा तू हां जदो भी आगे नाल दी नाल ठीक है कपड़े कपड़े पाड़ के ऊदी कह दी कह भी मेरी कह साडे जसे दा कसूर नहीं कहता बेचारा दो तीन महीना बाद आएगा इनू की पतागा घरे की कुछ करदा दीगा ए कह मैं ता हले जसे नु अद्धियां गल्लां दसियां ने जी सारा ठीक है पूरा तू मतलब जेडे तीमी वाले तेरे चलेत्र ने सारे खंडिया समझ गई चल ठीक है हां चल आजा अंदर चलते हैं अंदर किया वो दो महीने हो गए थे कर जाना मत्था मार दे आज तेरे रण मत्था मार दे कर दे कोई चार मुंह मां बदिया गल ना कर लो मां बदिया गल ना लड्डे दी पोसा हो गई होगी हैं ओरो पता लगू जे तेरा ने तेरी जिरा नहीं तेरे कोटे पोस ने मुंह संभाल के बोलो ओए तड़के अज कट कुछ होया है बोलने वाले होर ਲੜੋ ਨਾ ਜੀਜਾ ਪੁਲਿਸ ਵਾਲੇ ਆਪੀ ਨੇ ਵੇੜ ਦੇ ਤੂੰ ਰਹਿਣ ਦੇ ਓਏ ਮੇਰੇ ਸਰ ਤੇ ਕਿੰਨੀਆਂ ਉਂਗਲਾਂ ਲਾਉਣਾ ਸਾਲਿਆ ਤੂੰ ਲਾਉਣਾਗਾ ਮੈਂ ਕੀ ਕਹਾਂਗਾ ਮੈਂ ਕੀ ਕਹਾਂ ਨਾਲੇ ਹੋਰ ਨਾ ਸਾਲਿਓ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਮੈਂ ਭੈਣ ਜੋ 4 ਮਹੀਨਿਆਂ ਬਾਅਦ ਘਰੇ ਵੜਿਆਂਗਾ ਮੈਨੂੰ ਸਾਲੀ ਸੁੱਖ ਤੇ ਚੈਨ ਤਾਂ ਕਿਉਂ ਦੀ ਭੈਣ ਤੇ ਮਨੂੰ ਤੁਸੀਂ ਥਾਣੇ ਕ ਜਾਣੇ ਕਿਹੜੀ ਸੋਗੇ ਮੈਂ ਕੋਈ ਨਹੀਂ ਨਾ ਉਧਰ ਕੇ ਸਾਰਾ ਇਹਨੇ ਤੇਰਾ ਜੀਜੇ ਨੇ ਭੈਣ ਦਾ ਵੀ ਧਰਤਾ ਤੇਰਾ ਧਰਤਾ ਤੂੰ ਭੈਣ ਦੇ ਖਸ ਮੈਂ ਗਵਾਹੀ ਦੇ ਕੇ ਤੇਰੇ ਅੱਗੇ ਮਸ਼ਹੂਰਾ ਕੋਈ ਨਾ ਗਵਾਹੀ ਦੇ ਕੇ ਤੂੰ ਹੈ ਕੋਈ ਨਾ ਐ ਕਦੋਂ ਦਿੱਤੀ ਗਵਾਹੀ ਮਾਰ ਲੋ ਇਹਦੇ ਮਾਰ ਲੋ ਜਿੱਦਾਂ ਮੈਂ ਆਪਦਾ ਬਗੀ ਜਾਂਦਾ ਯਾਰ ਨਾ ਤੂੰ ਵੀ ਸੋਚ ਲੈ ਮਾੜਾ ਮੋਟਾ ਹੁਣ ਥਾਰੇ ਕਚਹਿਰੀਆਂ ਜਾਂਦੇ ਆਪਾਂ ਚੰਗੇ ਲੱਗਾਂਗੇ ਕੋਈ ਨਾ ਹੈ ਉਹ ਆਪ ਪਤਾ ਲੱਗੂਗਾ ਆਪ ਆਉਣਗੇ ਤਾਂ ਲੇਡੀ ਪੁਲਿਸ ਨੂੰ ਕਹਿ ਕੇ ਤੁਸੀਂ ਆਪ ਆਵਾਂਗੇ ਘਰੇ ਲੇਡੀ ਪੁਲਿਸ ਨੂੰ ਕਹਿ ਕੇ ਆ ਤੇਰੀ ਜਨਾਨੀ ਵਿੱਚੀ ਨਾ ਚਕਾਈ ਤੂੰ ਮੈਨੂੰ ਕੀ ਕਹੇਗਾ ਅਰੇ ਚੱਕ ਲਈ ਤੂੰ ਤਾਂ ਮੈਂ ਨਹੀਂ ਕਿਹਾ ਹੈ ਦਿਖਾਈ ਤੂੰ ਹੁਣ ਜੀਰੀ ਨੂੰ ਹੱਥ ਲਾ ਕੇ ਉਹ ਪਰ ਵੱਡਣੀ ਤਾਂ ਹੈਗੀ ਦੀ ਜੀਰੀ ਫਿਰ ਹੋਰ ਕਦੋਂ ਵੱਡੇ ਦੱਸ ਦੇ ਭਾਏ ਦਾ ਸਾਰਾ ਕੇਰ ਕਰ ਜਾਂਦਾ ਉਹਦਾ ਮੇਰੀ ਗੱਲ ਸੁਣ ਲੈ ਜਦੋਂ ਤੇਰੇ 2 ਕਿੱਲੇ ਤੈਨੂੰ ਮਾਗਰਲੇ ਦਿੱਤੇ ਹੋਏ ਨੇ ਹੈ ਤੂੰ ਮੇਰੇ ਲਈ ਬਹਾਨ ਦੇ ਵਿੱਚ ਕਿਉਂ ਕਪੈਣਗਾ ਆਵੇਂਗਾ ਬਈ ਦੱਸ ਪਹਿਲਾਂ ਪਹਿਲਾਂ ਕਿੱਥੋਂ ਦੀ ਲੰਘਦੀ ਸੀ ਪਹਿਲਾਂ ਆਪਣਾ ਆਸਵਾਰੀ ਦੋਏ ਨਾ ਭਾਈਚਾਰਾ ਸੀ ਹੁਣ ਜਦੋਂ ਬਈ ਆਪਣੀ ਹੁੜਨਾ ਨਹੀਂ ਨਿਭਦੀ ਹੈ ਜਦੋਂ ਕੋਈ ਕੁੜੀ ਆਉਂਦੀ ਹੈ ਮੇਰੀ ਰਿਸ਼ਤੇ ਦੀ ਗੱਲ ਚੱਲਦੀ ਤੇਰੀ ਬਹੂ ਉਹਦੀ ਤੇ ਲੱਗਣ ਲੱਗ ਜਾਂਦੀ ਹੈ ਵੀ ਕਿਤੇ ਜ਼ਮੀਨ ਨਾ ਵਗ ਜੇ ਜ਼ਮੀਨ ਨਾ ਵਗ ਅੱਗ ਤਾਂ ਤੇਰੇ ਰਿਸ਼ਤੇ ਦੀ ਲੱਗੀ ਹੋਈ ਆ ਮੈਨੂੰ ਪਤਾ ਇਸ ਮੇਰੇ ਨਾਲ ਤਾਂ ਤੂੰ ਖੁੰਦੇ ਕਰਦਾ ਤੂੰ ਜਾਣ ਕੇ ਜੇ ਤੇਰੇ ਲੱਛਣ ਠੀਕ ਹੁੰਦੇ ਨਾ ਤੇਰਾ ਹੁਣ ਨੂੰ ਰਿਸ਼ਤਾ ਹੋ ਜਾਂਦਾ ਆ ਸਰੋਂ ਰਾਣਾ ਨੂੰ ਤਾਂ ਤੂੰ ਤੇਲ ਦੇਣ ਨੂੰ ਫਿਰਦਾ ਸੀ ਭਲਾਉਣਾ ਇੱਥੋਂ ਮੇਥੋਂ ਪੜਦੇ ਆਹੋ ਜਿਸੇ ਮੈਂ ਤਾਂ ਤੈਨੂੰ ਦੱਸਣਾ ਹੀ ਭੁੱਲ ਗਈ ਸਰੋਂ ਰਾਣਾ ਤੈਨੂੰ ਸੁਪਨੇ 'ਚ ਵੀ ਦਿਖਣ ਲੱਗੀ ਵਿਆਹ ਤੋਂ ਪਹਿਲਾਂ ਕਹਿੰਦੇ ਤੇ ਮਾਲਦਾਰ ਛੜਾ ਮੈਂ ਕਿਹਾ ਪਤਾ ਨਹੀਂ ਕਿੰਨੀ ਕੁ ਜ਼ਮੀਨ ਜਾਇਦਾਦ ਹੋਣੀ ਹੁਣ ਪਤਾ ਲੱਗਿਆ ਤਾਂ ਤੀਵੀਆਂ ਵਾਲਾ ਮਾਲਦਾਰ ਛੜਾ ਕਾਣੂ ਪ੍ਰੀਤ ਇਹ ਹਰੇ ਸਵਰਾਜ ਮੰਗੂ ਨਾ ਮਹੀਨੇ ਕੇ ਬਾਅਦ ਤੇਲ ਬਦਲੀ ਭਾਲਦਾ ਇਹਦੀ ਕਰਿਆ ਕਰੂੰਗਾ ਮੈਂ ਹੁਣ ਕੋਈ ਗੱਲ ਨਹੀਂ
कर लो जरा बोलना बोलो सरबा जी करने कर लै आ लड्डे वाली पुलिस देखी तू सुडे घाटे बंदी शर्म तो नहीं आती तेनू शर्म तो नहीं आती अपने परिवार का कोई गया कोर्ट कचहरी च दसी माड़ा जा रहा खुदा मेरे सर तो गुला ला अपने खर्चे मैं मेरे सर तो खंड पाट रखा जो न्योला देखे आयो क्यों जमेगा तू मेरे हिस्से आए हुए शुक्र आ दिन भी आया बब्बल छेती कर मेरे सर का टाल ना करते बैग ला जा मेरी गल सुनो ये मेरे ही सजाया होया हां जीजा मेनू गोद ले ला गोद मेरे साल दा एड्डा क लैंदे हुंदे रे एड्डा बड़ा जंट नहीं साला गोद लैंदे हुंदे नाले मेरी गल सुनो बड़ा तू भैं दा घर वाले दा पति परमेश्वर बणया फिरदा हैगा तेरे घर वाले दा प्रीत नाम है आ बब्बल ने कड़ी ने गाडियां पाई फिरदा ओ बा 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 की फिर क्यों चाह पानी मंगा तीन चार महीने बाद आएगा फिर नहीं पता लगता हूं तुम ऊ बंदे बदो ला दो आ गए क्या गेट खोल के आओ मैं लेडी पुलिस आई है हम देखी मेरा साल ढूहा कुटता आ जाओ भाई आ जाओ लंघ आओ आ जाओ।